ਬਰਤਾਨੀਆ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਅਤੇ ਹਰ ਪਾਸੇ ਪੂਰੀ ਗਹਿਮਾ ਗਹਿਮੀ ਹੈ। ਹੈਸਟਨ ਫਿਲਥਮ ਹਲਕੇ ਤੋਂ ਸੀਮਾ ਮਲਹੋਤਰਾ ਜੋ ਲੇਬਰ ਦੇ ਉਮੀਦਵਾਰ ਨੇ ਅਤੇ ਉਹਨਾਂ ਵੱਲੋਂ ਆਪਣੀ ਜਿਹੜੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ ਅਤੇ ਆਓ ਵੇਖਦੇ ਹਾਂ ਸੀਮਾ ਮਲਹੋਤਰਾ ਦੀ ਚੋਣ ਮੁਹਿੰਮ ਦੇ ਆਗਾਜ਼ ਦੀਆਂ ਮੁੱਖ ਝਲਕੀਆਂ। ਰਘਵਿੰਦਰ ਜੀ, ਕਿਸ ਤਰ੍ਹਾਂ ਚੱਲ ਰਹੀ ਹੈ ਕੰਪੇਨ ਹੈਸਟਨ ਫਿਲਥਮ ਹਲਕੇ ਤੋਂ ਜੇ ਸੀਮਾ ਮਲਹੋਤਰਾ ਜੀ ਉਮੀਦਵਾਰ ਨੇ ਲੇਬਰ ਪਾਰਟੀ ਦੇ, ਅਤੇ ਕਿਸ ਤਰ੍ਹਾਂ ਦੇ ਜਿਹੜੀ ਉਹ ਹੰਕਾਰਾ ਮਿਲ ਰਿਹਾ ਲੋਕਾਂ? ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਅੱਜ ਦੇ ਦਿਨ ਤੁਸੀਂ ਸਾਡੇ ਨਾਲ ਆਏ ਇੱਥੇ ਕਵਰ ਕੀਤਾ, ਬਹੁਤ ਵਧੀਆ ਹੰਕਾਰਾ ਮਿਲ ਰਿਹਾ। ਲੋਕ 14 ਸਾਲ ਦੇ ਟੋਰੀ ਦੇ ਗੌਰਮੈਂਟ ਤੋਂ ਬਹੁਤ ਦੁਖੀ ਨੇ ਅਤੇ ਕੋਸਟ ਆਫ ਲਿਵਿੰਗ ਬਹੁਤ ਉੱਪਰ ਚਲੀ ਗਈ ਆ, ਰੈਂਟ ਉੱਪਰ ਚਲੇ ਗਏ, ਮੋਰਗੇਜ ਉੱਪਰ ਚਲੀ ਗਈ, ਹਰ ਟੈਕਸ ਉੱਪਰ ਚਲਾ ਗਿਆ, ਸੋ ਈਵਨ ਜਿਹੜਾ ਬਿੱਲ ਆ ਰਸੋਈ ਦਾ ਉਹ ਉੱਪਰ ਚਲਾ ਗਿਆ। ਸੋ ਇਸ ਟਾਈਮ ਪੂਰੇ UK ਦੇ ਵਿੱਚ ਜਿਹੜੀ ਹਵਾ ਚੱਲ ਰਹੀ ਆ ਉਸ ਦੇ ਅਕੋਰਡਿੰਗ ਹੀ ਇੱਥੇ ਵੀ ਬਹੁਤ ਵਧੀਆ ਮਾਹੌਲ ਆ, ਲੇਬਰ ਦੀ ਪੋਜੀਸ਼ਨ ਬਹੁਤ ਅੱਛੀ ਆ। ਅਤੇ ਕਿਸ ਤਰ੍ਹਾਂ ਦੇ ਚੈਲੇਂਜ ਆ ਜਦੋਂ ਤੁਸੀਂ ਕੰਪੇਨ ਕਰਨ ਜਾਂਦੇ ਹੋ, ਲੋਕ ਅਕਸਰ ਫਿਰ ਕੁਛ ਨਾ ਕੁਛ ਸਵਾਲ ਜਵਾਬ ਤਾਂ ਕਰਦੇ ਹੀ ਹੋਣਗੇ, ਲੋਕਾਂ ਦੀਆਂ ਸਮੱਸਿਆਵਾਂ ਹੋਰ ਕਿਸ ਤਰ੍ਹਾਂ ਦੀਆਂ? ਜਿਹੜੇ ਠੀਕ ਹੈ ਮਹਿੰਗਾਈ ਤਾਂ ਹੈ, ਉਹ ਤਕਰੀਬਨ ਵਰਲਡ ਵਾਈਡ ਹੀ ਹੈ, ਅਤੇ ਹੋਰ ਕਿਸ ਤਰ੍ਹਾਂ ਦੇ ਚੈਲੇਂਜ ਜਿਹੜੇ ਆ ਉਹ ਤੁਹਾਡੇ ਸਾਹਮਣੇ ਆ ਰਹੇ? ਐਸ ਫਾਰ ਐਸ ਮਹਿੰਗਾਈ ਦੇ ਨਾਲ ਨਾਲ ਜਿਹੜਾ ਮੇਨ ਚੈਲੇਂਜ ਤਾਂ ਇਹ ਹੈਗਾ ਵੀ ਲੋਕਾਂ ਨੂੰ ਸਰਟਨਟੀ ਚਾਹੀਦੀ ਆ ਕਿ ਪਤਾ, ਕਿਉਂਕਿ ਲਗਾਤਾਰ ਜਿਹੜਾ ਇੰਟਰਸਟ ਰੇਟ ਆ ਉਹ ਵੱਧਦਾ ਰਿਹਾ ਪਿਛਲੇ 16-17 ਮਹੀਨਿਆਂ ਤੋਂ, ਸੋ ਜਦੋਂ ਹਰ ਮਹੀਨੇ ਜਦੋਂ ਤੁਹਾਨੂੰ ਲੈਟਰ ਆਉਂਦੀ ਸੀਗੀ ਵੀ ਤੁਹਾਡਾ ਇੰਟਰਸਟ ਰੇਟ ਵੱਧ ਗਿਆ, ਉਹਦੇ ਨਾਲ ਤੁਹਾਡੀ ਮੋਰਗੇਜ ਵੱਧ ਜਾਂਦੀ ਸੀ, ਉਸ ਤੋਂ ਬਾਅਦ ਜਿਹੜੇ ਲੋਕਾਂ ਕਿਰਾਏ 'ਤੇ ਰਹਿੰਦੇ ਸੀ ਘਰ, ਉਹ ਲੈਂਡਲੋਰਡ ਉਹਨਾਂ ਦੇ ਕਿਰਾਏ ਵਧਾ ਦਿੰਦੇ ਸੀ, ਤਾਂ ਇੱਕ ਇਹ ਤਾਂ ਇਹ ਮੇਨ ਜਿਹੜੀ ਕੰਸਰਨ ਆ ਲੋਕਾਂ ਨੂੰ ਇਹ ਆ ਵੀ ਸਰਟਨਟੀ ਚਾਹੀਦੀ ਆ ਕਿ ਉਹ ਤਾਂ ਉਹਨਾਂ ਨੂੰ ਪਤਾ ਹੋਵੇ ਵੀ ਇੰਨੀ ਸਾਡੀ ਇਨਕਮ ਆ, ਇੰਨੀਆਂ ਸਾਡੀਆਂ ਆਊਟਗੋਇੰਗਸ ਆ ਤਾਂ ਕਿ ਉਹ ਬਜਟ ਬਣਾ ਸਕਣ, ਪਰ ਪਿਛਲੇ ਸਮੇਂ ਤੋਂ ਲੋਕਾਂ ਲਈ ਤਾਂ ਬਜਟ ਬਣਾਉਣਾ ਔਖਾ ਹੋਇਆ ਹੋਇਆ ਸੀਗਾ, ਸੋ ਇਹ ਬਹੁਤ ਵੱਡੀ ਪ੍ਰੋਬਲਮ ਆ ਜੋ ਅੱਜ ਕੱਲ੍ਹ ਡੋਰ ਸਟੈਪਸ 'ਤੇ ਦੇਖਣ ਨੂੰ ਮਿਲਦੀ ਹੈ। ਚੋਣ ਮੈਨੀਫੈਸਟੋ ਜਿਹੜਾ ਲੇਬਰ ਪਾਰਟੀ ਨੇ ਜਾਰੀ ਕੀਤਾ ਉਹਦੇ ਵਿੱਚ ਅਜਿਹਾ ਕੀ ਹੈ ਖਾਸ ਤੌਰ 'ਤੇ ਆਪਣੇ ਭਾਈਚਾਰੇ ਦੇ ਲਈ, ਕਿਉਂਕਿ 84 ਦਾ ਇੱਕ ਬਹੁਤ ਵੱਡਾ ਮਸਲਾ ਜਿਹਦੇ ਵਿੱਚ ਬਹੁਤ ਚਿਰ ਤੋਂ ਜਿਹੜੀ ਮੰਗ ਕੀਤੀ ਜਾ ਰਹੀ ਸੀ ਵੀ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ ਬਰਤਾਨੀਆ ਸਰਕਾਰ ਦੀ ਸ਼ਮੂਲੀਅਤ ਨੂੰ ਲੈ ਕੇ, ਅਤੇ ਜਿਵੇਂ ਜਲ੍ਹਿਆਂਵਾਲੇ ਬਾਗ ਦੀ ਮਾਫੀ ਦਾ ਹੋਰ ਇੱਦਾਂ, ਉਸ ਚੋਣ ਮੈਨੀਫੈਸਟੋ ਵਿੱਚ ਕੋਈ ਇੱਦਾਂ ਦੀ ਚੀਜ਼ ਜਿਹੜੀ ਹੈ ਲੇਬਰ ਪਾਰਟੀ ਦੇ? ਜਿਹੜਾ ਜਿੰਨੇ ਵੀ ਆਪਣੇ ਐਥਨਿਕ ਮਾਈਨੋਰਟੀਜ਼ ਤੋਂ MP ਇਲੈਕਸ਼ਨ ਲੜ ਰਹੇ ਆ ਉਹ ਲਗਾਤਾਰ ਲੇਬਰ 'ਤੇ ਪ੍ਰੈਸ਼ਰ ਪਾ ਰਹੇ ਆ ਕਿ ਜੇ ਗੌਰਮੈਂਟ ਬਣੂਗੀ ਤਾਂ ਉਹ ਇਹ ਜਿਹੜੀਆਂ ਸਾਡੀਆਂ ਪੰਜਾਬੀ ਸਿੱਖਾਂ ਦੀਆਂ ਜੋ ਸਮੱਸਿਆ ਰਹੀਆਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੂੰ ਉਹ ਉੱਪਰ ਪ੍ਰੈਸ਼ਰ ਪਾਉਣਗੇ ਕਿ ਉਠਾਇਆ ਜਾਵੇ। ਪਿਛਲੇ ਸਮੇਂ ਤੁਸੀਂ ਦੇਖਿਆ ਹੋਊਗਾ ਓਪੋਜੀਸ਼ਨ ਦੇ ਵਿੱਚ ਹੁੰਦਿਆਂ ਵੀ ਆਪਣਾ ਜਿਹੜਾ ਸਲਾਹ ਤੋਂ MP ਨੇ ਤਨਮਨਜੀਤ ਸਿੰਘ ਢੇਸੀ ਉਹਨਾਂ ਨੇ ਹਮੇਸ਼ਾ ਘੱਟ ਗਿਣਤੀ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਉਹਨਾਂ ਨੂੰ ਉਠਾਇਆ, ਸੋ ਉਹ ਇਹ ਪ੍ਰੈਸ਼ਰ ਤਾਂ ਬਿਲਡਅਪ ਰਹੂਗਾ ਹੀ ਰਹੂਗਾ, ਐਜ਼ ਏ ਪ੍ਰੈਸ਼ਰ ਗਰੁੱਪ ਸਿੱਖ ਫੋਰ ਲੇਬਰ ਇਸ ਦੇ ਉੱਪਰ ਕੰਮ ਕਰ ਰਹੀ ਹੈ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਮਨਪ੍ਰੀਤ ਜੀ। ਸਾਡੇ ਨਾਲ ਹੈਸਟਨ ਫਿਲਥਮ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਸੀਮਾ ਮਲਹੋਤਰਾ। ਸੀਮਾ ਜੀ, ਅਜੀਤ ਬੈਪਟੀ ਵੱਲੋਂ ਬਹੁਤ ਬਹੁਤ ਸਵਾਗਤ ਤੁਹਾਡਾ, ਵੈਲਕਮ। ਕਿਸ ਤਰ੍ਹਾਂ ਕੰਪੇਨ ਚੱਲਦੀ ਹੈ? ਹਾਊਜ਼ ਯੂਅਰ ਕੰਪੇਨ ਗੋਇੰਗ? The campaign is going so well because people are wanting a change. They want to see a change of government. They want to see now a Labour government because they want to see our country be rebuilt. Our economy, our NHS, our schools, our communities, more police. People are fed up. They are feeling worse off and they want to have a change now. When you're going for a campaign and you must talk to people, so what type question people put, what they asking? People are asking what the Labour Party will do. People are asking why the Labour Party will be different from the Tories.
because so many people feel let down by the Tories, let down by the government, feeling worse off, feeling community is less safe, feeling NHS waiting lists are too high, that they are saying, can anyone change anything? So we have a very positive campaign. We have a plan for how we will rebuild our economy, make sure there are jobs. As the Shadow Skills Minister, I've been working on how we'll make sure we've got the skills, apprenticeships, opportunities, making sure we have more teachers in our schools, more police in our communities. When people hear that we have a plan for change, when people feel that something's going to be different, people start to feel more positive, feel more optimistic. And that's why I believe people are now wanting a Labour government. Sick always demand for independent inquiry because they doubt some documents was released a few years before. And there's that paper showing the British government involvement in 1984. So what Labour is planning about that inquiry? We have long supported the independent inquiry, and I think this is very important because this is, we know, so important for the Sikh community, and it is something that I hope we'll be able to take forward if we're in government. I hope that people will see that in Feltham and Heston, we want to have a Member of Parliament with experience and somebody who is there for all communities, who has stood up for the Sikh community, who has stood up for all communities. And whether that's been on supporting in Parliament, when we've had the farmers' protest, so many other issues. This is a community here in Hounslow where people are so wanting to live together, wanting to support each other, proud of being Indian, proud of being British. And I hope that together we will come and see a Labour government that will be there to support and to grow our country, to stand up for equality, for inclusion, for social justice, for fairness, and will once again also make sure that Britain's voice is heard on the world stage. Thank you very much and good luck. Thank you. ਇਸਨ ਐਮਪੀ ਸੀਮਾ ਮਲੋਤਾ ਜਿਨ੍ਹਾਂ ਨਾਲ ਕੀਤੀ ਹੈ ਗੱਲਬਾਤ, ਆਸਾ ਜੀ ਦੇ ਦਰਸ਼ਕ ਸਾਡਾ ਅੱਜ ਦਾ ਪ੍ਰੋਗਰਾਮ ਜੋ ਪਸੰਦ ਕਰਨਗੇ। ਹੁਣ ਤੋਂ ਮਨਪ੍ਰੀਤ ਸਿੰਘ ਬਦਨੀ ਕਲਾਂ ਨੂੰ ਇਜਾਜ਼ਤ, ਅਤੇ ਤੁਸੀਂ ਵੇਖਦੇ ਰਹੋ ਜੀਤ ਬੇਪੀ ਵੀ। ਬਹੁਤ ਬਹੁਤ ਧੰਨਵਾਦ।